ਸਭ ਨੂੰ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬੀ ਵਿਆਕਰਨ ਦੇ ਵੱਖ-ਵੱਖ ਟੌਪਿਕਸ ਦੇ ਨਾਲ ਰਿਲੇਟਡ ਵੀਡੀਓਜ਼ ਆਪਾਂ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ ਅੱਗੇ ਤੁਹਾਡੇ ਪਾਠਕ੍ਰਮ ਤੁਹਾਡੇ ਸਿਲੇਬਸ ਦੇ ਵਿੱਚ ਬਹੁਅਰਥਕ ਸ਼ਬਦ ਸਮਾਨਾਰਥਕ ਸ਼ਬਦ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਤੇ ਵਿਰੋਧਾਰਥਕ ਸ਼ਬਦ ਦੇ ਜਿਹੜੇ ਉਹ ਸ਼ਾਮਲ ਨੇ ਤੇ ਇਹਨਾਂ ਬਾਰੇ ਗੱਲ ਕਰਦੇ ਆਂ ਆਪਾਂ ਅੱਜ ਸਭ ਤੋਂ ਪਹਿਲੇ ਸ਼ਬਦ ਬਹੁਅਰਥਕ ਸ਼ਬਦ ਦੀ ਪੰਜਾਬੀ ਭਾਸ਼ਾ ਦਾ ਜੋ ਅਰਥਬੋਧ ਹੈ ਅਰਥਬੋਧ ਤੋਂ ਭਾਵ ਹੈ ਕਿ ਅਰਥ ਦਾ ਗਿਆਨ ਜਾਂ ਅਰਥ ਦਾ ਅਧਿਐਨ ਜਾਂ ਅਰਥ ਦੀ ਪੜਾਈ ਅਰਥਬੋਧ ਤੋਂ ਭਾਵ ਕੀ ਹੈ ਕਿ ਅਰਥਾਂ ਦੇ ਪੱਖ ਤੋਂ ਸ਼ਬਦਾਂ ਦੀ ਵਿਆਖਿਆ ਕਰਨ ਜਾਂ ਸ਼ਬਦਾਂ ਦਾ ਅਧਿਐਨ ਕਰਨਾ ਤਾਂ ਅੱਜ ਗੱਲ ਕਰਦੇ ਆਂ ਆਪਾਂ ਬਹੁਅਰਥਕ ਸ਼ਬਦਾਂ ਦੀ ਬਹੁਅਰਥਕ ਸ਼ਬਦਾਂ ਦਾ ਅਰਥ ਕੀ ਹੈ ਕਿ ਉਹ ਸ਼ਬਦ ਜਿਨ੍ਹਾਂ ਦੇ ਅਰਥ ਇੱਕ ਤੋਂ ਵੱਧ ਹੋਣ ਪਰੰਤੂ ਉਹਨਾਂ ਦੇ ਜੋ ਸ਼ਬਦ ਜੋੜ ਤੇ ਉਚਾਰਨ ਹੈ ਉਹ ਇੱਕੋ ਜਿਹਾ ਹੀ ਹੋਵੇਗਾ ਪਰੰਤੂ ਜਦੋਂ ਉਹਨਾਂ ਨੂੰ ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਪ੍ਰਸੰਗਾਂ ਦੇ ਵਿੱਚ ਵਰਤਿਆ ਜਾਵੇਗਾ ਤਾਂ ਉਹਨਾਂ ਦੇ ਸ਼ਬਦ ਹੈ ਜਿਹੜੇ ਉਹ ਬਹੁਤ ਜ਼ਿਆਦਾ ਉਹਨਾਂ ਦੇ ਵਿੱਚ ਅੰਤਰ ਹੋਵੇਗਾ ਫਰਕ ਹੋਵੇਗਾ ਅੱਜ ਗੱਲ ਕਰਦੇ ਹਾਂ ਉਦਾਹਰਨਾਂ ਦੇ ਨਾਲ ਬੋਧਕ ਸ਼ਬਦਾਂ ਦੀ ਸਭ ਤੋਂ ਪਹਿਲਾਂ ਉੱਚਾ ਉੱਚਾ ਇਸ ਵਾਕ ਦੇ ਵਿੱਚ ਵਰਤਿਆ ਗਿਆ ਹੈ ਉਚਾਈ ਭਾਵ ਸਭ ਤੋਂ ਉੱਚੇ ਘਰ ਦੇ ਲਈ ਦੂਸਰੇ ਵਾਕ ਦੇ ਵਿੱਚ ਉੱਚਾ ਸੁਣਦਾ ਹੈ ਵਰਤਿਆ ਗਿਆ ਹੈ ਸੁਣਨ ਦੀ ਸਮਰੱਥਾ ਘੱਟ ਹੋਣਾ ਅੱਗੇ ਤਵੇ ਤੇ ਰੋਟੀਆਂ ਲਈ ਉੱਚਾ ਵਰਤਿਆ ਜਾਂਦਾ ਹੈ ਇਹ ਹੈ ਇੱਕ ਧਾਤ ਦਾ ਯੰਤਰ ਜੋ ਰੋਟੀਆਂ ਚੱਕਣ ਲਈ ਜਾਂ ਫਿਰ ਰੜਨ ਦੇ ਲਈ ਵਰਤਿਆ ਜਾਂਦਾ ਹੈ ਇਸ ਤੋਂ ਹੈ ਉੱਚਾ ਬੋਲ ਨਹੀਂ ਬੋਲਣਾ ਚਾਹੀਦਾ ਭਾਵ ਕਿਸੇ ਨੂੰ ਮੰਦਾ ਚੰਗਾ ਬੋਲ ਨਹੀਂ ਬੋਲਣਾ ਚਾਹੀਦਾ ਤੁਸੀਂ ਦੇਖਿਆ ਬੰਤਰ ਤੇ ਉਚਾਰਨ ਇੱਕੋ ਜਿਹਾ ਹੈ ਪਰ ਜਦੋਂ ਵਰਤੋਂ ਕੀਤੀ ਤਾਂ ਸ਼ਬਦਾਂ ਦੇ ਅਰਥ ਜਿਹੜੇ ਉਹ ਵੱਖਰੇ ਵੱਖਰੇ ਹੋ ਗਏ ਉਸ ਤੋਂ ਬਾਅਦ ਉੱਤਰ ਦੁੱਖ ਦਰਵਾਜਾ ਉੱਤਰ ਵੱਲ ਹੈ ਭਾਵ ਦਿਸ਼ਾ ਜਵਾਬ ਦਿੱਤੀ ਠੀਕ ਪ੍ਰਸ਼ਨਾਂ ਦੇ ਉੱਤਰ ਦਿੱਤੇ ਜਵਾਬ ਤਿਲਕੇ ਡਿੱਗਣਾ ਗੁੱਟ ਉੱਤਰ ਗਿਆ ਭਾਵ ਕਿਸੇ ਹੱਡੀ ਦਾ ਜਾਂ ਕਿਸੇ ਅੰਗ ਦਾ ਆਪਣੀ ਜਗ੍ਹਾ ਤੋਂ ਹਿੱਲ ਜਾਣਾ ਦਵਾਈ ਖਾਣਾ ਬੁਖਾਰ ਉੱਤਰ ਜਾਂਦਾ ਹੈ ਭਾਵ ਕਿਸੇ ਅਵਸਥਾ ਦਾ ਠੀਕ ਹੋਣਾ ਖੂ ਦਾ ਪਾਣੀ ਉੱਤਰ ਗਿਆ ਇਥੇ ហេਠਾ ਜਾਣ ਤੋਂ ਹੈ ਰੁਕੀ ਤੇ ਸਵਾਰੀ ਉੱਤਰ ਗਈ ਇਥੋਂ ਭਾਵ ਹੈ ਕਿ ਬਸ ਤੋਂ ហេਠਾ ਚਲੀ ਗਈ ਇਸ ਤੋਂ ਬਾਅਦ ਹੈ ਉਲਟੀ ਇਥੇ ਉਲਟੀ ਬਿਮਾਰੀ ਭਾਵ ਸਰੀਰ ਦੀ ਅਵਸਥਾ ਜਦੋਂ ਠੀਕ ਨਾ ਹੋਵੇ ਉਸ ਦੇ ਲਈ ਸ਼ਾਮ ਲਾਲ ਹਮੇਸ਼ਾ ਉਲਟੀ ਭਾਵ ਪੁੱਠੀ ਗੱਲ ਕਰਦਾ ਹੈ ਕਾਰ ਉਲਟੀ ਪੈਸੀ ਇਥੇ ਪਲਟਰਨ ਤੋਂ ਭਾਵ ਹੈ ਇਸ ਵਟ ਉਲਟੀ ਵੀ ਪਹਿਨੀ ਜਾ ਸਕਦੀ ਹੈ ਭਾਵ ਕਿਸੇ ਤਰੀਕੇ ਨਾਲ ਵੀ ਪੁੱਠੀ ਜਾਂ ਸਿੱਧੀ ਪਹਿਨੀ ਜਾ ਸਕਦੀ ਹੈ ਅੱਗਾ ਲੋੜਵੰਦਾ ਦੀ ਸੇਵਾ ਕਰਨ ਵਾਲੇ ਆਪਣਾ ਅੱਗਾ ਸਵਾਰ ਲੈਂਦੇ ਹਨ ਭਾਵ ਆਪਣਾ ਅਗਲਾ ਪਵਿੱਖ ਜਾਂ ਫਿਰ ਅਗਲਾ ਜਨਮ ਇਸ ਕਮੀਜ ਦਾ ਅੱਗਾ ਤਾਂ ਕੱਢਿਆ ਹੋਇਆ ਹੈ ਇਥੇ ਅੱਗਾ ਤੋਂ ਭਾਵ ਹੈ ਅਗਲਾ ਪਾਸੇ ਸਿਆਣੇ ਬੰਦੇ ਅੱਗਾ ਪਿੱਛਾ ਵੇਖ ਕੇ ਭਾਵ ਆਸ-ਪਾਸਾ ਵੇਖ ਕੇ ਇਕਲੌਤੇ ਪੁੱਤਰ ਦੀ ਨਾਲ ਉਸ ਦਾ ਅੱਗਾ ਹੀ ਮਾਰਿਆ ਗਿਆ ਇਸ ਤੋਂ ਭਾਵ ਹੈ ਕਿ ਉਸ ਦਾ ਜੋ ਵੰਸ਼ ਹੈ ਉਹ ਖਤਮ ਹੋ ਗਿਆ ਉਸ ਦਾ ਜੋ ਪਰਿਵਾਰ ਸੀ ਖਾਨਦਾਨ ਸੀ ਉਹ ਖਤਮ ਹੋ ਗਿਆ ਪਈਏ ਦਾ ਹਾਲ ਗਰਮ ਕਰਕੇ ਚੜਾਇਆ ਜਾਂਦਾ ਹੈ ਇੱਥੇ ਜੋ ਤੁਸੀਂ ਦੇਖਿਆ ਹੀ ਹੋਣਾ ਕਿ ਜੋ ਪਈਏ ਤੇ ਜੋ ਯੰਤਰ ਜਾਂ ਹੁੰਦਾ ਜਿਸ ਨੂੰ ਚੜਾਉਣਾ ਹੁੰਦਾ ਜਿਸ ਨੂੰ ਜਿਹੜੇ ਮਿਸਤਰੀ ਠੀਕ ਕਰਨ ਵਾਲੇ ਹੁੰਦੇ ਆ ਉਹ ਗਰਮ ਕਰਕੇ ਚੜਾਉਂਦੇ ਆ ਉਸ ਨੂੰ ਹਾਲ ਹੈ ਜਿਹੜਾ ਕਿਹਾ ਜਾਂਦਾ ਹੈ ਅਸੀਂ ਆਪਣੇ ਸਾਖ ਸਬੰਧੀ ਦਾ ਹਾਲ ਭਾਵ ਸਾਰ ਲੈਂਦੇ ਹਾਂ ਬਾਤ ਪੁੱਛਦੇ ਹਾਂ ਹਾਲ ਦੀ ਘੜੀ ਭਾਵ ਹਾਲ ਇੱਥੇ ਵਰਤਿਆ ਗਿਆ ਹੈ ਵਰਤਮਾਨ ਸਮੇਲੀ ਜਾਂ ਮੌਜੂਦਾ ਸਮੇਲੀ ਕੇ ਇਸ ਸਮੇਂ ਮੈਂ ਵਿਲਾ ਨਹੀਂ ਇਸ ਤੋਂ ਬਾਅਦ ਕੱਚੇ ਦਾ ਇਸਤੇਮਾਲ ਵਖ ਵਖ ਅਰਥਾਂ ਦੇ ਤੌਰ ਤੇ ਜਿਵੇਂ ਪਰੌਂਠਾ ਦਾ ਕੱਚਾ ਹੈ ਭਾਅ ਪੱਕਿਆ ਨਾ ਹੋਣਾ ਕੱਚਾ ਕੰਮ ਕਰਦੀ ਹਾਂ ਭਾਅ ਸਹੀ ਕੰਮ ਕਰਨ ਤੋਂ ਪਹਿਲਾਂ ਰਫ ਕੰਮ ਕਰਨਾ ਮੇਰਾ ਜੀ ਕੱਚਾ ਹੋ ਰਿਹਾ ਹੈ ਭਾਅ ਜੀ ਮਤ ਲਾਉਣਾ ਬੰਟੀ ਭਾਵੇਂ ਬੱਚਾ ਹੈ ਕਲ ਦਾ ਕੱਚਾ ਨਹੀਂ ਭਾਵ ਸੂਝਵਾਨ ਹੋਣਾ ਜਦੋਂ ਸੋਹਣ ਦਾ ਝੂਠ ਫੜਿਆ ਗਿਆ ਬਹੁਤ ਕੱਚਾ ਹੋਇਆ ਸ਼ਰਮਿੰਦਾ ਹੋਣਾ ਚੁੰਨੀ ਦਾ ਰੰਗ ਕੱਚਾ ਸੀ ਭਾਵ ਰੰਗ ਸੀ ਜੋ ਉਹ ਪੱਕਾ ਨਹੀਂ ਸੀ ਇਸ ਕਰਕੇ ਉਹ ਉੱਤਰ ਗਿਆ ਇਸ ਤੋਂ ਬਾਅਦ ਹੈ ਜੀ ਤੁਹਾਡਾ ਕੋਟ ਚੰਗੀ ਗਵਾਈ ਵਾਲੇ ਵਿਦਿਆਰਥੀ ਅਧਿਆਪਕ ਦਾ ਕੋਟ-ਕੋਟ ਧੰਨਵਾਦ ਕਰਦੇ ਹਨ ਕੋਟ-ਕੋਟ ਤੋਂ ਪਾਵੇ ਇੱਥੇ ਕਰੋੜਾਂ ਵਾਰ ਸਕੂਲ ਵਿੱਚ ਕੋਟ ਇੱਥੇ ਕੋਟ ਵਰਤਿਆ ਗਿਆ ਹੈ ਜੀ ਪੇਂਟ ਕੋਟ ਵਾਲੇ ਲਈ ਅੰਗਰੇਜ਼ੀ ਦੇ ਸ਼ਬਦ ਲਈ ਕੰਦ ਉੱਤੇ ਰੰਗ ਦੇ 2-3 ਕੋਟ ਭਾਵ ਇੱਥੇ ਵਰਤਿਆ ਗਿਆ ਹੈ ਤਹਿਾਂ ਲਈ ਜਾਂ ਪਰਤਾਂ ਦੇ ਲਈ ਕੋਟ ਵਿੱਚੋਂ ਨਿਕਲ ਕੇ ਫੌਜ ਨੇ ਵੈਰੀ ਤੇ ਹਮਲਾ ਕੀਤਾ ਇੱਥੇ ਕੋਟ ਵਰਤਿਆ ਗਿਆ ਹੈ ਚਾਰਦਵਾਰੀ ਦੇ ਲਈ ਜਾਂ ਫਿਰ ਕਿਲੇ ਨੂੰ ਵੀ ਕੋਟ ਹੈ ਜਿਹੜਾ ਉਹ ਕਿਹਾ ਜਾਂਦਾ ਹੈ ਅੱਗੇ ਸੰਗ ਦੇ ਵਖ-ਵਖ ਅਰਥ ਚੰਗਾ ਕੰਮ ਕਰਨ ਵਿੱਚ ਸੰਗ ਭਾਵ ਸ਼ਰਮ ਕਾਦੀ ਅੰਗ ਸੰਗ ਤੋਂ ਭਾਵ ਇਥੇ ਨਾਲ ਹੈ ਸੰਗ ਤਾਰੇ ਤੋਂ ਭਾਵ ਇਥੇ ਸੰਗਤ ਤੋਂ ਹੈ ਸੰਗ ਮਰਮਰ ਭਾਵ ਚਿੱਟੇ ਪੱਥਰ ਤੋਂ ਇਥੇ ਅਰਥ ਕੀਤਾ ਗਿਆ ਹੈ ਇਸ ਤੋਂ ਬਾਅਦ ਹੈ ਜੀ ਤੁਹਾਡਾ ਸਰ ਸਰਕਾਰੀ ਸਕੂਲ ਵਿੱਚ ਦਾਖਲਾ ਦੇਣ ਲਈ ਬਹੁਤ ਥੋੜੇ ਪੈਸਿਆਂ ਵਿੱਚ ਸਰ ਜਾਂਦਾ ਹੈ ਸਰ ਭਾਵ ਇਥੇ ਕੰਮ ਚੱਲ ਜਾਂਦਾ ਹੈ ਤਾਂ ਕਿ ਦੇ ਸਮਝ ਦੀ ਇੱਕ ਸਰ ਵੱਧ ਹੋਣਾ ਭਾਵ ਇਸ ਦੀ ਇੱਕ ਵਾਰੀ ਜਾਂ ਇੱਕ ਬਾਜੀ ਵੱਧ ਹੋਣ ਨਾਲ ਅਸੀਂ ਗੁਰਦੁਆਰੇ ਮੱਥਾ ਟੇਕਿਆ ਪਵਿੱਤਰ ਸਰ ਵਿੱਚ ਸਰ ਤੋਂ ਭਾਵ ਇਥੇ ਸਰੋਵਰ हिम्मत ਵਾਲੇ ਲੋਕ ਮੰਜ਼ਲਾਂ ਸਰ ਕਰਦੇ ਹਨ ਭਾਵ ਜਿੱਤਦੇ ਹਨ ਸੂਆ ਇੱਥੇ ਇਹ ਮੱਝ ਦਾ ਦੂਜਾ ਸੂਆ ਹੈ ਭਾਵ ਦੂਜਾ ਜਨੇਪਾ ਹੈ ਲੰਗ ਦਾ ਸੂਆ ਪਾਣੀ ਦਾ ਸੋਮਾ ਜੋ ਕੱਚਾ ਹੋਵੇ ਉਸਦੇ ਲਈ ਸੂਆ ਸ਼ਬਦ ਵਰਤੇ ਜਾਂਦਾ ਹੈ ਬੋਰੀਆਂ ਸਿਉਣ ਲਈ ਸੂਆ ਭਾਵ ਸੂਈ ਤੋਂ ਵੱਡਾ ਸਿਉਣ ਵਾਲਾ ਯੰਤਰ ਜਿਸ ਨੂੰ ਸੂਆ ਕਿਹਾ ਜਾਂਦਾ ਹੈ ਨੈਕਸਟ ਹੈ ਜੀ ਤੁਹਾਡਾ ਸੂਤ ਸ਼ਬਦ ਜਿਸਦੇ ਅਰਥ ਵੱਖ-ਵੱਖ ਜਗ੍ਹਾ ਤੇ ਵੱਖ-ਵੱਖ ਹੋਣਗੇ ਬਰੀਕ ਸੂਤ ਕੱਤਦੇ ਹਨ ਇੱਥੇ ਸੂਤ ਕੱਤਣ ਵਾਲਾ ਸੂਤ ਸਰੀਆ ਦੋ ਸੂਤ ਛੋਟਾ ਇਥੇ ਜੋ ਮਿੰਤੀ ਮਾਪ ਵਾਲੀ ਇਕਾਈ ਹੈ ਉਸ ਦੇ ਲਈ ਵਰਤੇ ਜਾਂਦਾ ਹੈ ਨਿੱਕੇ ਨਿੱਕੇ ਝਗੜੇ ਤਲਵਾਰਾਂ ਸੂਤ ਲੈਣੇ ਦਾ ਮਤਲਬ ਹੈ ਇਥੇ ਕੱਢ ਲੈਣਾ ਕੰਮ ਸੂਤ ਨਹੀਂ ਹੁੰਦਾ ਤਾਂ ਭਾਵ ਇਥੇ ਹੈ ਜੀ ਤੁਹਾਡਾ ਕੰਮ ਠੀਕ ਨਹੀਂ ਹੁੰਦਾ ਇਸ ਤੋਂ ਬਾਅਦ ਹੈ ਚੱਕ কুমਿਆਰ ਚੱਕ ਉੱਤੇ ਭਾਵ ਇਥੇ ਚੱਕ ਵਰਤੇ ਗਿਆ ਹੈ কুমਿਆਰ ਦੇ ਯੰਤਰ ਜਿਸ ਦੇ ਨਾਲ ਉਹ ਮਿੱਟੀ ਦੇ ਭਾਂਡੇ ਬਣਾਉਂਦਾ ਹੈ ਕੱਲ ਸ਼ਾਲੂ ਨੇ ਸ਼ਾਲੂ ਨੂੰ ਕੁੱਤੇ ਨੇ ਚੱਕ ਵੱਢ ਲਿਆ ਭਾਵ ਦੰਦੀ ਵੱਡ ਲੈਣਾ ਜਾਂ ਦੰਦ ਮਾਰ ਦੇਣਾ ਚੱਕ ਹੈ ਚੰਗੀ ਜ਼ਮੀਨ ਵੇਖ ਕੇ ਸਾਡੇ ਵਡੇਰਾਂ ਨੇ ਇੱਥੇ ਚੱਕ ਬੱਦਾ ਸੀ ਇੱਥੇ ਚੱਕ ਹੈ ਜਿਹੜਾ ਉਹ ਵਰਤਿਆ ਗਿਆ ਹੈ ਕਿਸੇ ਪਿੰਡ ਦਾ ਨਹੀਂ ਪੱਥਰ ਰੱਖਣਾ ਜਾਂ ਪਿੰਡ ਬਸਾਉਣਾ ਕੋਈ ਖਾਸ ਹੱਦਬੰਦੀ ਦੇਖ ਕੇ ਨੈਕਸਟ ਹੈ ਤੁਹਾਡਾ ਜੱਗ ਚੌਲਾਂ ਦਾ ਜੱਗ ਕਰਦੇ ਹਨ ਇੱਥੇ ਪੁੰਨ ਪੁੰਨ ਕਰਦੇ ਹਨ ਸਿਆਣਾ ਨੇ ਕਿਹਾ ਜੱਗ ਮਿੱਠਾ ਭਾਵ ਇਹ ਦੁਨੀਆ ਉਹ ਸੰਸਾਰ ਇਹ ਮਿੱਠਾ ਹੈ ਠੰਡੀ ਲੱਸੀ ਦਾ ਜੱਗ ਇਹ ਜੱਗ ਵਰਤਿਆ ਗਿਆ ਹੈ ਕਿਸੇ ਬਰਤਨ ਦੇ ਲਈ 판ਡੇ ਦੇ ਲਈ ਅੱਗੇ ਤੁਹਾਡਾ ਤਰ ਬੇੜੀ ਹੈ ਇਸ ਨੂੰ ਤਰ ਕਰਕੇ ਹੀ ਪਾਰ ਕੀਤਾ ਜਾ ਸਕਦਾ ਹੈ ਤਰਨ ਤੋਂ ਇਥੇ ਤਰਤਵਾਵੇ ਤੈਰਨਾ ਫਰਸ਼ ਨੂੰ ਤਰ ਕਰੂ ਭਾਵ ਬਿਲਕੁਲ ਗਿੱਲਾ ਕਰਨਾ ਰੋਟੀ ਨਾਲ ਤਰ ਖਾਣੀ ਇਥੇ ਤਰ ਹਰੀ ਜੋ ਸਬਜੀ ਕਹਿ ਲੋ ਜਾਂ ਫਿਰ ਫਲ ਦੇ ਵਿੱਚ ਕਹਿ ਲੋ ਜਾਂ ਫਿਰ ਆਪਾਂ ਸੈਲਡ ਸਲਾਦ ਦੇ ਵਿੱਚ ਕਹਿ ਲੋ ਕਿ ਜਿਹੜੀ ਤਾਰ ਆਪਾਂ ਖਾਂਦੇ ਆਂ ਕੱਕੜੀ ਆਪਾਂ ਖਾਂਦੇ ਉਸ ਨੂੰ ਤਾਰ ਵੀ ਕਿਹਾ ਜਾਂਦਾ ਹੈ ਇਸ ਤੋਂ ਅੱਗੇ ਹੈ ਤੁਹਾਡਾ ਦौरा ਇੱਥੇ ਪਹਿਲੇ ਵਾਕ ਦੇ ਵਿੱਚ ਦौरा ਸ਼ਬਦ ਵਰਤਿਆ ਗਿਆ ਹੈ ਧੰਨਵਾਦੀ ਯਾਤਰਾ ਦੇ ਲਈ ਜਾਂ ਫੇਰੀ ਦੇ ਲਈ ਦੂਸਰੇ ਵਾਕ ਦੇ ਵਿੱਚ ਖੂਨ ਦਾ ਦौरा ਭਾਵ ਖੂਨ ਦਾ ਪ੍ਰਵਾਹ ਤੇਜ਼ ਹੋ ਜਾਣ ਦਾ ਗਤੀ ਤੇਜ਼ ਹੋ ਜਾਂਦੀ ਹੈ ਤੀਜੀ ਦੇ ਵਿੱਚ ਵਰਤਿਆ ਗਿਆ ਹੈ ਬਿਰਗੀ ਦਾ ਦौरा ਭਾਵ ਬਿਮਾਰੀ ਦੇ ਲਈ ਚੌਥੀ ਦੇ ਵਿੱਚ ਕਿਸੇ ਬਰਤਨ ਦੇ ਲਈ ਵਰਤਿਆ ਗਿਆ ਜਿਹੜਾ ਕਿ ਲਲਾਰੀ ਵਰਤਦਾ ਹੈ ਪੱਗਾਂ ਨੂੰ ਰੰਗਣ ਸਮੇਂ ਨੈਕਸਟ ਹੈ ਜੀ ਤੁਹਾਡਾ ਧਾਰ ਪਹਿਲੇ ਵਾਕ ਦੇ ਵਿੱਚ ਮੱਜਾਂ ਦੀ ਧਾਰ ਕੱਢਣੀ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਮੱਜਾਂ ਜਾਂ ਪਛੂਆ ਦਾ ਦੁੱਧ ਕੱਢਿਆ ਜਾਂਦਾ ਉਸ ਕਿਰਿਆ ਨੂੰ ਧਾਰ ਕਿਹਾ ਜਾਂਦਾ ਹੈ ਪੱਕਾ ਰਾਦਾ ਧਾਰ ਲਿਆ ਹੈ ਇਸ ਦੇ ਵਿੱਚ ਮਤਲਬ ਠਾਨ ਲੈਣਾ ਆਪਣਾ ਨਿਯਮ ਬਣਾ ਲੈਣਾ ਇਸ ਤੋਂ ਬਾਅਦ ਸੱਚ ਦੇ ਰਾਤੇ ਤੁਰਨਾ ਤਲਵਾਰ ਦੀ ਧਾਰ ਤੇ ਤੁਰਨ ਦੇ ਬਰਾਬਰ ਹੈ ਇੱਥੇ ਤਲਵਾਰ ਦੀ ਧਾਰ ਤੋਂ ਭਾਵ ਹੈ ਤਲਵਾਰ ਦਾ ਤਿੱਖਾ ਪਸਾ ਨੈਕਸਟ ਹੈ ਤੁਹਾਡਾ ਜੀ ਫੁੱਟ ਪਹਿਲੇ ਬਾਗ ਦੇ ਵਿੱਚ ਇੱਥੇ ਫੁੱਟ ਵਰਤਿਆ ਗਿਆ ਹੈ ਦੁਫਾੜ ਹੋ ਜਾਣਾ ਜਾਂ ਪਾੜ ਪੈ ਜਾਣਾ ਫਿਰ ਦੂਜੇ ਬਾਗ ਦੇ ਵਿੱਚ ਫੁੱਟ ਫੁੱਟੋ ਰੋਕ ਕੇ ਰੂਣ ਲੱਗ ਪਈ ਭਾਵ ਇੱਥੇ ਵਰਤਿਆ ਗਿਆ ਬੁਰੀ ਤਰ੍ਹਾਂ ਰੋਣ ਦੇ ਲਈ ਫੁੱਟ ਕੁੱਕੜੀ ਖਰਬੂਜਾ ਇੱਕ ਹੀ ਭਾਂਤ ਦੇ ਫਲ ਹਨ ਤਾਂ ਇਹ ਫੁੱਟ ਵਰਤੇ ਗਿਆ ਹੈ ਫਲ ਦੇ ਲਈ ਕਪਾਹ ਦੇ ਫੁੱਟ ਭਾਵ ਕਪਾਹ ਦਾ ਜੋ ਟਿੰਡਾ ਖੜਨ ਤੋਂ ਬਾਅਦ ਜੋ ਫੁੱਲ ਆਉਂਦਾ ਇਸ ਨੂੰ ਫੁੱਟ ਕਿਹਾ ਜਾਂਦਾ ਹੈ ਅਮਨ ਤਾਂ ਜਵਾਨ ਹੋ ਰਿਹਾ ਹੈ ਸੁਖ ਨਾਲ ਮੁੱਛਾਂ ਫੁੱਟ ਰਈਆਂ ਨਾ ਪਰ ਮੁੱਛਾਂ ਉੱਗਣ ਦੀ ਕਿਰਿਆ ਨੂੰ ਮੁੱਛ ਫੁੱਟਣਾ ਕਿਹਾ ਜਾਂਦਾ ਹੈ ਇਸ ਤੋਂ ਇਲਾਵਾ ਆਪਾਂ ਫੁੱਟ ਜਿਹੜੀ ਹੈ ਉਹ ਮਾਪਣ ਦੀ ਇਕਾਈ ਵੀ ਹੈ ਜਿਵੇਂ 1 ਫੁੱਟ 2 ਫੁੱਟ ਉਹ ਵੀ ਤੁਸੀਂ ਕਿਤੇ ਵਰਤ ਸਕਦੇ ਹੋ ਇਸ ਤੋਂ ਬਾਅਦ ਹੈ ਜੀ ਤੁਹਾਡਾ ਫੁੱਲ ਫੁੱਲ ਦੀ ਅਲੱਗ-ਅਲੱਗ ਅਰਥਾਂ ਦੇ ਵਿੱਚ ਵਰਤੋਂ ਕਿਵੇਂ ਹੁੰਦੀ ਹੈ ਪਹਿਲੇ ਵਾਕ ਦੇ ਵਿੱਚ ਜਿਵੇਂ ਫੁੱਲ ਤੁਸੀਂ ਸੁਣੀ ਹੈ ਕਲੀ ਖਿੜੀ ਹੋਣੀ ਇਸ ਤੋਂ ਬਾਅਦ ਮਨੁੱਖ ਦਾ ਸਰੀਰ ਹੌਲਾ ਫੁੱਲ ਹੋ ਜਾਂਦਾ ਹੈ ਦੂਜੇ ਵਾਕ ਦੇ ਵਿੱਚ ਹਲਕੇ ਹੂਣ ਦੀ ਕਿਰਿਆ ਨੂੰ ਫੁੱਲ ਸ਼ਬਦ ਵਰਤਿਆ ਜਾ ਸਕਦਾ ਹੈ ਤੀਜਾ ਵਾਕ ਬੱਚੇ ਗੁਣਵਾਨ ਹੋਂ ਤਾਂ ਮਾਪੇ ਫੁੱਲ-ਫੁੱਲ ਬੰਦੇ ਹਨ ਭਾਵ ਖੁਸ਼ੀ ਨਾਲ ਬੰਦੇ ਹਨ ਮਾਣ ਨਾਲ ਬੰਦੇ ਹਨ ਸਾਡੇ ਦੇਸ਼ ਵਿੱਚ ਮ੍ਰਿਤਕਾਂ ਦੇ ਫੁੱਲ ਇੱਥੇ ਫੁੱਲ ਵਰਤੇ ਗਿਆ ਹਸਤੀਆਂ ਦੇ ਲਈ ਇਸ ਤੋਂ ਬਾਅਦ ਅਖੀਰਲੇ ਵਾਗ ਦੇ ਵਿੱਚ ਸਾਂ ਫੁੱਲ ਜਾਂਦਾ ਹੈ ਭਾਵ ਸਾਂ ਔਖਾ ਆਉਣਾ ਜਾਂ ਫਿਰ ਸਾਂ ਛੜ ਜਾਣ ਦੇ ਲਈ ਵੀ ਫੁੱਲ ਹੈ ਜਿਹੜਾ ਉਹ ਵਰਤੇ ਜਾਂਦਾ ਹੈ ਅੱਗੇ ਹੈ ਜੀ ਤੁਹਾਡੀ ਬੋਲੀ ਬੋਲੀ ਸ਼ਬਦ ਵਰਤਿਆ ਜਾਂਦਾ ਹੈ ਜਦੋਂ ਕਿਸੇ ਵਸਤੂ ਦੀ ਕੀਮਤ ਲਗਾ ਕੇ ਉਸ ਦੀ ਨਿਲਾਮੀ ਕੀਤੀ ਜਾਂਦੀ ਹੈ ਬੋਲੀ ਵਰਤੇ ਜਾਂਦਾ ਹੈ ਭਾਸ਼ਾ ਦੇ ਲਈ ਇਸ ਤੋਂ ਇਲਾਵਾ ਬੋਲੀ ਵਰਤਿਆ ਜਾਂਦਾ ਹੈ ਜੋ ਭੰਗ ਗਿੱਧਾ ਪਾਉਣ ਵੇਲੇ ਲੋਕ ਕਾਵ ਬੋਲੀ ਪਾਈ ਜਾਂਦੀ ਹੈ ਉਸਦੇ ਲਈ ਬੋਲੀ ਵਰਤੀ ਜਾਂਦੀ ਹੈ ਸਾਨੂੰ ਕਦੇ ਵੀ ਕਿਸੇ ਨੂੰ ਬੋਲੀ ਨਹੀਂ ਮਾਰਨੀ ਚਾਹੀਦੀ ਭਾਪ ਮੇੜਾ ਨਹੀਂ ਮਾਰਨਾ ਚਾਹੀਦਾ ਉੱਚਾ ਬੋਲ ਨਹੀਂ ਬੋਲਣਾ ਚਾਹੀਦਾ ਇਸ ਤੋਂ ਬਾਅਦ ਹੈ ਜੀ ਲੜ ਲੜਦੇ ਵੀ ਕਈ ਅਰਥਾਂ ਦੇ ਵਿੱਚ ਜੋ ਵਰਤੋਂ ਹੈ ਉਹ ਹੁੰਦੀ ਹੈ ਗੱਲ ਤੇ ਲੜ ਪੈਣਾ ਭਾਵ ਝਗੜ ਪੈਣਾ ਪਿੰਡ ਲੜ ਗਈ ਹੈ ਭਾਵ ਕਿਸੇ ਨੇ ਕੱਟ ਲੈਣਾ ਦੰਦੀ ਵੱਢ ਲੈਣਾ ਇਸ ਤੋਂ ਇਲਾਵਾ ਇਸ ਵਾਕ ਦੇ ਵਿੱਚ ਲੜਨਾ ਚੁੰਨੀ ਦੇ ਲੜਪਾਵ ਚੁੰਨੀ ਦੇ ਪੱਲੂ ਦੇ ਨਾਲ ਅਖੀਰਲੇ ਵਾਕ ਦੇ ਵਿੱਚ ਸ਼ਰਾਬੀ ਦੇ ਨੜ ਲਾ ਦਿੱਤਾ ਤੋਂ ਭਾਵ ਹੈ ਕਿ ਉਸ ਦੇ ਨਾਲ ਵਿਆਹ ਕਰ ਦਿੱਤਾ ਜਾਂ ਤੋੜ ਦਿੱਤਾ ਅੱਗੇ ਹੈ ਜੀ ਤੁਹਾਡਾ ਲਾਵਾਂ ਲਾਵਾਂ ਵੀ ਆਪਾਂ ਅਲੱਗ-ਅਲੱਗ ਅਰਥਾਂ ਦੇ ਵਿੱਚ ਵਰਤਦੇ ਹਾਂ ਪਹਿਲਾ ਇਹ ਜਿਵੇਂ ਆਨੰਦ ਕਾਰਜ ਵਾਲੀਆਂ ਵਿਆਹ ਦੀ ਰਸਮ ਵਾਲੀਆਂ ਫਿਰ ਇਹ ਵਰਤਿਆ ਗਿਆ ਹੈ ਲਗਾ ਮਾਤਰਾਵਾਂ ਵਾਲਾ ਲਾਵਾਂ ਇਸ ਤੋਂ ਬਾਅਦ ਲਾਵਾਂ ਜਦੋਂ ਕਿਸੇ ਤੱਕੜੀ ਦੀਆਂ ਜੋ ਆਪਾਂ ਸਪੋਰਟ ਕਹਿ ਦਿੰਦੇ ਆ ਜੋ ਰस्सियां ਬੰਨੀਆਂ ਹੁੰਦੀਆਂ ਨੇ ਉਸ ਨੂੰ ਵੀ ਲਾਵਾਂ ਕਿਹਾ ਜਾਂਦਾ ਹੈ ਇਸ ਤੋਂ ਇਲਾਵਾ ਕਿਸੇ ਅੰਗਹੀਣ ਵਿਅਕਤੀ ਦੇ ਲਈ ਵੀ ਲਾਵਾਂ ਸ਼ਬਦ ਹੈ ਜਿਹੜਾ ਉਹ ਪੰਜਾਬੀ ਦੇ ਵਿੱਚ ਵਰਤਿਆ ਜਾਂਦਾ ਹੈ ਅੱਗੇ ਜੀ ਤੁਹਾਡਾ ਵੱਟ ਜਿਵੇਂ ਆਪਣੇ ਖੇਤਾਂ ਦੀ ਵੱਟ ਹੁੰਦੀ ਹੈ ਉਸ ਦੇ ਲਈ ਵੱਟ ਤੇ ਪੇਟ ਵਿੱਚ ਵੱਟ ਉੱਠ ਰਹੇ ਹਨ ਜਦੋਂ ਪੇਟ ਦੇ ਵਿੱਚ ਗੜਬੜ ਹੋਵੇ ਉਸ ਦੇ ਲਈ ਆਪਾਂ ਵੱਟ ਸ਼ਬਦ ਵਰਤਦੇ ਹਾਂ ਵੱਟ ਬਹੁਤ ਹੈ ਪਰ ਜਦੋਂ ਗਰਮੀ ਤੋਂ ਬਾਅਦ ਹਮਸ ਪੈਦਾ ਹੁੰਦੀ ਹੈ ਉਸ ਦੇ ਲਈ ਵਰਤੇ ਜਾਂਦਾ ਹੈ ਸੇਵੀਆਂ ਵਟਟ ਲਓ ਸੇਵੀਆਂ ਨੂੰ ਬਣਾਉਣ ਦੀ ਜਾਂ ਬਟਨ ਦੀ ਕਿਰਿਆ ਹੈ ਜਿਹੜੀ ਉਸ ਨੂੰ ਆਪਾਂ ਵਟ ਸ਼ਬਦ ਵਰਤਦੇ ਹਾਂ ਇਸ ਤੋਂ ਇਲਾਵਾ ਤਿਉੜੀਆਂ ਪਾਉਣਾ ਵੀ ਵਟ ਸ਼ਬਦ ਵਰਤਿਆ ਜਾਂਦਾ ਹੈ ਬਾਹ ਸ਼ਬਦ ਦੀ ਵਰਤੋਂ ਜਿਵੇਂ ਦੱਬ ਕੇ ਬਾਹ ਇੱਥੇ ਵਹਣ ਤੋਂ ਵੀ ਭਾਵ ਹੈ ਜਾਂ ਫਿਰ ਦੱਬ ਕੇ ਕੰਮ ਕਰਨ ਤੋਂ ਵੀ ਭਾਵ ਹੈ ਇਹ ਬਾਹ ਹੈ ਜੀ ਤੁਹਾਡਾ ਜਦੋਂ ਕਿਸੇ ਦੀ ਆਪਾਂ ਸਿਫਤ ਕਰਦੇ ਹਾਂ ਇਸ ਤੋਂ ਬਾਅਦ ਤੁਹਾਡਾ ਅਖੀਰਲੇ ਵਾਲਾ ਬਾਹ ਹੈ ਹ ਪੂਰੇ ਯਤਨ ਕਰਨ ਤੇ ਪੂਰੀ ਕੋਸ਼ਿਸ਼ ਕਰਨ ਦੇ ਨਾਲ ਅੱਗੇ ਜੀ ਤੁਹਾਡਾ ਵਾਰ ਪਹਿਲੇ ਬਾਗ ਦੇ ਵਿੱਚ ਜਾਨਵਾਰ ਦੇਣੀ ਤੋਂ ਭਾਵੇਂ ਕੁਰਬਾਨ ਕਰ ਦੇਣੀ ਇਸ ਤੋਂ ਬਾਅਦ ਟੀਮ ਨੇ ਵਾਰ ਗਾਇਨ ਕੀਤਾ ਇੱਥੇ ਵਾਰ ਦਾ ਅਰਥ ਹੈ ਜੋ ਵੀ ਰਸੀ ਲੋਕ ਆਵ ਹੈ ਉਸ ਪਾ ਵਾਰਾਂ ਗਾਉਂਦੇ ਹੁੰਦੇ ਸੀ ਪੁਰਾਣੇ ਸਮੇਂ ਦੇ ਵਿੱਚ ਹੁਣ ਵੀ ਗਾਉਂਦੇ ਆ ਉਸ ਦੇ ਲਈ ਵਰਤਿਆ ਜਾਂਦਾ ਮੈਂ ਕਈ ਵਾਰ ਚੰਡੀਗੜ੍ਹ ਗਿਆ ਹਾਂ ਭਾਵੇਂ ਕਈ ਦਫਾ ਚੰਡੀਗੜ੍ਹ ਗਿਆ ਹਾਂ ਕਈ ਵਾਰੀ ਚੰਡੀਗੜ੍ਹ ਗਿਆ ਹਾਂ ਇਸ ਤੋਂ ਬਾਅਦ 15 ਅਗਸਤ ਨੂੰ ਪਹਿਲਾ ਕੀ ਵਾਰ ਹੋਵੇਗਾ ਭਾਵੇਂ ਕੀ ਦਿਨ ਹੋਵੇਗਾ ਮੈਂ ਹਾਰਾ ਬਣਾਉਣਾ ਸ਼ੁਰੂ ਕਰ ਦਿੱਤਾ ਰੋਜ਼ ਇੱਕ ਵਾਰ ਦੇ ਦਿੰਦੀ ਹਾਂ ਭਾਵੇਂ ਇੱਕ ਰਦਾ ਦੇ ਦਿੰਦੀਆਂ ਜਾਂ ਗੇੜਾ ਦੇ ਦਿੰਦੇ ਹਾਂ ਆਖਰੀ ਸ਼ਬਦ ਜਿਹੜਾ ਅਪਾ ਸ਼ਾਮਿਲ ਕੀਤਾ ਇਥੇ ਅੰਗੂਰਾਂ ਦੀ ਵੇਲ ਉਹ ਬੂਟਾ ਜਿਹੜਾ ਧਰਤੀ ਦੀ سپورਟ ਲੈ ਕੇ ਉੱਪਰ ਵੱਲ ਨੂੰ ਚੜਦਾ ਹੈ ਉਸ ਨੂੰ ਵੇਲ ਕਿਹਾ ਜਾਂਦਾ ਹੈ ਤੂੰ ਰੋਟੀ ਵੇਲ ਭਾਵ ਰੋਟੀ ਬਣਾਉਣ ਦੀ ਪ੍ਰਕਿਰਿਆ ਹੈ ਜਿਹੜੀ ਆਟੇ ਤੋਂ ਰੋਟੀ ਬਣਾਉਂਦੀ ਪ੍ਰਕਿਰਿਆ ਉਸ ਨੂੰ ਵੇਲਣਾ ਕਿਹਾ ਜਾਂਦਾ ਹੈ। ਇਹ ਵੇਲ ਕਰਨ ਵਾਲੇ ਦੀ ਖੂ ਪ੍ਰਸ਼ੰਸਾ ਕਰ ਦੇਣ। ਇੱਥੇ ਵੇਲ ਸ਼ਬਦ ਵਰਤਿਆ ਗਿਆ ਹੈ। ਜਦੋਂ ਕਿਸੇ ਨੂੰ ਲਾਗ ਦਿੱਤਾ ਜਾਵੇ, ਖੁਸ਼ੀ ਦੇ ਨਾਲ ਜਾਂ ਪੈਸੇ ਦਿੱਤੇ ਜਾਣ ਜਾਂ ਫਿਰ ਕੋਈ ਅਨਾਜ ਵਗੈਰਾ ਦਿੱਤਾ ਜਾਵੇ, ਉਸ ਨੂੰ ਵੇਲ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਆਪਣੇ ਪਿੰਡਾਂ ਦੇ ਵਿੱਚ ਸਾਂਝੇ ਜੋ ਬਰਤਨਾਂ ਦੀ ਰੱਖੀ ਹੁੰਦੀ ਹੈ ਉਸ ਨੂੰ ਵੀ ਵੇਲ ਹੈ ਜਿਹੜੀ ਉਹ ਕਿਹਾ ਜਾਂਦਾ ਹੈ। ਏਸੀ ਤੁਹਾਡੇ ਬਹੁਅਰਥਕ ਸ਼ਬਦ ਅਰਥ ਬੋਧ ਦੇ ਅਧੀਨ ਉਮੀਦ ਹੈ ਕਿ ਤੁਹਾਨੂੰ ਵੀਡੀਓ ਤੋਂ ਕਾਫੀ ਕੁਝ ਜਿਹੜਾ ਉਹ ਸਹਾਇਤਾ ਹੈ ਉਹ ਮਿਲੀ ਹੋਵੇਗੀ ਤਿਆਰੀ ਕਰਦੇ ਰਹੋ ਸਤਿ ਸ਼੍ਰੀ ਅਕਾਲ ਜੀ ਧੰਨਵਾਦ